पेज नंबर ਤੁਹਾਡਾ ਦਿੱਤਾ ਹੋਇਆ ਇਹਦੇ ਵਿੱਚ 30 ਇਹ ਜਿਹੜਾ ਕੁਐਸਚਨ ਹੈ ਬਿਲਕੁਲ ਸਿੰਪਲ ਹੁੰਦਾ ਇਹਦੇ ਵਿੱਚ ਜ਼ਿਆਦਾ ਕੈਲਕੂਲੇਸ਼ਨ ਨਹੀਂ ਹੈ ਅਗਰ ਸਾਡਾ ਨਿਊ ਪਾਰਟਨਰ ਪੁਰਾਣੇ ਪਾਰਟਨਰ ਤੋਂ ਆਪਣਾ ਹਿੱਸਾ ਲੈਂਦਾ ਹੈਗਾ ਦੇਖੋ ਇਹਨਾਂ ਨੇ ਕੁਐਸਚਨ ਦੇ ਵਿੱਚ ਲਿਖਿਆ ਹੈਗਾ ਨੇਹਾ ਐਂਡ ਪ੍ਰਤੀਕ ਆਰ ਪਾਰਟਨਰ ਸ਼ੇਅਰਿੰਗ ਪ੍ਰੋਫਿਟ ਰੇਸ਼ੋ 3:2 ਦੇ ਐਡਮਿਟ ਨੀਸ਼ਾ ਐਜ਼ ਅ ਨਿਊ ਪਾਰਟਨਰ 3/10 ਸ਼ੇਅਰਿੰਗ ਪ੍ਰੋਫਿਟ ਨੀਸ਼ਾ ਨੂੰ ਨਵੇਂ ਪਾਰਟਨਰ ਨੂੰ ਲੈ ਕੇ ਆਉਂਦੇ ਨੇ ਪ੍ਰੋਫਿਟ ਦੇ ਵਿੱਚ ਕਿੰਨਾ ਹਿੱਸਾ ਲਏਗੀ 3/10 ਸ਼ੀ ਅਕੁਆਇਰਸ ਸ਼ੇਅਰਸ 2/10 ਫਰੋਮ ਨੇਹਾ ਐਂਡ 1/10 ਫਰੋਮ ਪ੍ਰਤੀਕ ਆਪਾਂ ਨੇ ਕੀ ਹੈ ਨਿਊ ਰੇਸ਼ੋ ਫਾਈਂਡ ਕਰ ਲੈਣੀ ਹੈ ਓਕੇ ਜੀ ਸਭ ਤੋਂ ਪਹਿਲਾਂ ਨੇਹਾ ਐਂਡ ਪ੍ਰਤੀਕ ਦੀ ਰੇਸ਼ੋ ਦਿੱਤੀ ਹੋਈ ਹੈ ਨੇਹਾ ਐਂਡ 3/10 ਇੱਦਾਂ ਹੀ ਹੈ ਨਾ 3:2 ਦੀ ਹੈ ਸੋਰੀ 3:2 ਦੀ ਹੈ ਮਤਲਬ 3/5 ਹੋ ਜਾਏਗੀ 2/5 ਹੋ ਜਾਏਗੀ ਉਹਨਾਂ ਨੇ ਕਿਹਾ ਵੀ ਜਿਹੜੀ ਨੇਹਾ ਪਾਰਟਨਰ ਆ ਰਹੀ ਹੈ ਉਹ ਸ਼ੇਅਰ ਦੇ ਵਿੱਚੋਂ ਕਿੰਨਾ ਹਿੱਸਾ ਲਏਗੀ 2/10 ਨੀਸ਼ਾ ਸੋਰੀ ਜਿਹੜੀ ਨਵੀਂ ਪਾਰਟਨਰ ਆ ਰਹੀ ਹੈ ਉਹ ਜਿਹੜੀ ਪ੍ਰੋਫਿਟ ਵਿੱਚੋਂ ਹਿੱਸਾ ਲਏਗੀ ਉਹ ਕਿੰਨਾ ਲਏਗੀ 3/10 ਨੀਸ਼ਾ ਦੀ ਸਾਨੂੰ ਉਹਨਾਂ ਨੇ ਰੇਸ਼ੋ ਪਹਿਲਾਂ ਤੋਂ ਹੀ ਦੱਸਤੀ ਵੀ 3/10 ਲਏਗੀ ਅਸੀਂ ਕੀ ਹੈ ਬਸ ਇਹਨਾਂ ਦੀ ਨਵੀਂ ਫਾਈਂਡ ਕਰਨੀ ਹੈਗੀ ਕਿਉਂਕਿ ਇਹ ਆਪਣਾ ਕੁਛ ਹਿੱਸਾ ਉਹਨੂੰ ਦੇ ਰਹੇ ਨੇ ਉਹ ਇਹਨਾਂ ਤੋਂ ਲੈ ਰਹੀ ਹੈਗੀ ਹੈ ਨਵੀਂ ਰੇਸ਼ੋ ਕਿੱਦਾਂ ਫਾਈਂਡ ਹੋਏਗੀ ਸਭ ਤੋਂ ਪਹਿਲਾਂ ਆਪਾਂ ਨੇਹਾ ਦੀ ਫਾਈਂਡ ਕਰ ਲੈਣੀ ਆ ਨੇਹਾ ਨਿਊ ਰੇਸ਼ੋ ਕਿੱਦਾਂ ਫਾਈਂਡ ਹੋਏਗੀ ਜਿਹੜੀ ਇਹਦੀ ਓਲਡ ਰੇਸ਼ੋ ਹੈ ਉਹਦੇ ਵਿੱਚੋਂ ਅਸੀਂ ਜਿਹੜਾ ਹਿੱਸਾ ਹੈ ਆਪਣਾ ਛੱਡ ਰਹੀ ਹੈ ਉਹਨੂੰ ਅਸੀਂ ਮਾਈਨਸ ਕਰ ਦਾਂਗੇ ਇਹਦੀ ਓਲਡ ਰੇਸ਼ੋ ਕਿੰਨੀ ਹੈ 3/10 ਆਪਣਾ ਕਿੰਨੇ ਹਿੱਸੇ ਛੱਡ ਰਹੀ ਹੈ ਨੀਸ਼ਾ ਲਈ 2/10 ਇਹਦਾ ਆਨਸਰ ਤੁਸੀਂ ਕੱਢ ਸਕਦੇ ਹੋ ਫਟਾਫਟ ਕਿੰਨਾ ਆ ਜਾਏਗਾ ਐਲਸੀਐਮ ਲੈ ਲੈਣੇ ਇਹਦੇ ਵਿੱਚ 10 ਹੋ ਗਏ ਐਲਸੀਐਮ 5 10 6 ਠੀਕ ਹੈ ਜੀ 4/10 ਜਿਹੜਾ ਦੂਸਰਾ ਪਰਸਨ ਹੈਗਾ ਉਹ ਹੈਗਾ ਪ੍ਰਤੀਕ ਪ੍ਰਤੀਕ ਦੀ ਓਲਡ ਕਿੰਨੀ ਹੈ 2/5 ਮਾਈਨਸ ਕਿੰਨਾ ਹਿੱਸਾ ਹੈ ਸੈਕਰੀਫਾਈ ਕਰ ਰਿਹਾ 1/10 ਆਨਸਰ ਇਹਦਾ ਆ ਰਿਹਾ 3/10 ਜਿਹੜੀ ਥਰਡ ਪਰਸਨ ਆਈ ਹੈ ਉਹ ਹੈਗੀ ਹੈ ਨੀਸ਼ਾ ਸ਼ੇਅਰ ਉਹ ਹੈਗਾ ਦਿੱਤਾ ਹੋਇਆ ਉਹਨਾਂ ਨੇ 3/10 ਦਿੱਤਾ ਹੈ 3/10 ਬਸ ਤਿੰਨਾਂ ਦਾ ਆ ਗਿਆ ਆਪਾਂ ਨੇ ਤਿੰਨਾਂ ਦੀ ਨਿਊ ਰੇਸ਼ੋ ਫਾਈਂਡ ਕਰ ਲੈਣੀ ਹੈ ਨਿਊ ਰੇਸ਼ੋ ਇੱਕ ਦੀ ਹੈਗੀ ਹੈ 4/10 ਦੂਸਰੀ ਦੀ ਹੈਗੀ ਹੈ 3/10 3/10 ਸਾਨੂੰ ਕੁਝ ਐਲਸੀਐਮ ਲੈਣ ਦੀ ਲੋੜ ਨਹੀਂ ਹੈ ਤਿੰਨੋਂ ਬਰਾਬਰ ਨੇ ਤਾਂ ਨਿਊ ਰੇਸ਼ੋ 4:3 ਠੀਕ ਹੈ ਜੀ ਅਗਰ ਵੈਲਿਊ ਨੀਚੇ ਵਾਲੇ ਚੇਂਜ ਹੋਣ ਫਿਰ ਅਸੀਂ ਐਲਸੀਐਮ ਲੈ ਲਵਾਂਗੇ ਅਗਰ ਸੇਮ ਹੀ ਹੈ ਤਾਂ ਥੋੜ੍ਹਾ ਹਟਾ ਦਿਓ ਬਸ ਉੱਪਰਲੀ ਵੈਲਿਊ ਰੇਸ਼ੋ ਆ ਜਾਏ ਓਕੇ ਜੀ ਇਹਦੇ ਨਾਲ ਦਾ ਹੀ ਕੁਐਸਚਨ ਤੁਹਾਡਾ ਲਾਸਟ ਵਾਲਾ ਆਏਗਾ ਉਹ ਫਟਾਫਟ ਕਰਕੇ ਦੇਖ ਲਓ 6 ਕੁਐਸਚਨ Thank you.